ਹਾਂਜੀ ਕਾਮਰੇਡ ਜੀ, ਅੱਜ ਜਿਹੜੀ ਮੀਟਿੰਗ ਕੀਤੀ ਗਈ, ਕਿਸ ਵਿਸ਼ੇ ਨੂੰ ਲੈ ਕੇ ਕੀਤੀ ਗਈ? ਮੈਂ ਦਿਹਾਤੀ ਮਜ਼ਦੂਰ ਸਭਾ ਦਾ ਪ੍ਰਧਾਨ ਹਾਂ ਅਤੇ ਅੱਜ ਜਿਹੜੀ ਅਸੀਂ ਮੀਟਿੰਗ ਕੀਤੀ ਆ ਘਰਿਆਲੇ ਦੇ ਵਿੱਚ, ਔਰਤਾਂ ਨੂੰ, ਮਜ਼ਦੂਰਾਂ ਨੂੰ, ਸਾਰਿਆਂ ਨੂੰ ਇਕੱਠਿਆਂ ਕਰਕੇ ਅਤੇ ਇਹਨਾਂ ਨੂੰ ਜਿਹੜੀਆਂ ਲੋਕ ਮਾਰੂ ਨੀਤੀਆਂ ਸਰਕਾਰ ਨੇ ਵਾਅਦੇ ਕਰਕੇ ਅਤੇ ਵਾਅਦਿਆਂ ਤੋਂ ਸਰਕਾਰ ਮੁੱਕਰੀ ਆ, ਉਹ ਵਾਅਦੇ ਪੂਰੇ ਕਰਾਉਣ ਲਈ ਇਹਨਾਂ ਨੂੰ ਮਜ਼ਦੂਰਾਂ ਨੂੰ ਅਸੀਂ ਇਕੱਠਿਆਂ ਕਰਕੇ ਅਤੇ ਜਿਹੜਾ ਸਾਡੇ ਇਲਾਕੇ ਦਾ ਲਾਲਜੀਤ ਭੁੱਲਰ ਆ, ਜਿਹੜਾ 13 ਤਰੀਕ ਨੂੰ ਅਸੀਂ ਇਕੱਠ ਕਰਕੇ ਅਤੇ ਇਹਨਾਂ ਮਜ਼ਦੂਰਾਂ ਨੂੰ ਇਕੱਠਿਆਂ ਕਰਕੇ ਅਤੇ ਉਹਨਾਂ ਦੀਆਂ ਜਿਹੜੀਆਂ ਇਹਨਾਂ ਨੇ ਸਰਕਾਰ ਨੇ ਵਾਅਦਾ ਕੀਤਾ ਸੀ ਔਰਤਾਂ ਦੇ ਨਾਲ, ਜ਼ਿਆਦਾ ਵੱਡਾ ਵਾਅਦਾ ਕੀਤਾ ਸੀ ਵੀ ਅਸੀਂ 1000 ਰੁਪਇਆ ਖਾਤੇ 'ਚ ਪਾਵਾਂਗੇ। ਉਹ 2.5 ਸਾਲ ਦਾ ਸਮਾਂ ਬੀਤ ਗਿਆ, ਹਜੇ ਤੱਕ ਜਿਉਂ ਦੀ ਤਿਉਂ ਆ ਅਤੇ 13 ਤਰੀਕ ਨੂੰ ਅਸੀਂ ਲੋਕਾਂ ਨੂੰ ਇਕੱਠਿਆਂ ਕਰਕੇ ਅਤੇ ਲਾਲਜੀਤ ਭੁੱਲਰ ਦੇ ਬੂਹੇ ਅੱਗੇ ਬਹਿ ਕੇ ਜਿਹੜੀਆਂ ਮੰਗਾਂ ਵਾ ਉਹ ਮਨਾਉਣ ਤੱਕ। ਕਮੇਟੀ ਦਾ ਵੀ ਕੋਈ ਗਠਨ ਕੀਤਾ ਗਿਆ? ਹਾਂਜੀ, ਕਮੇਟੀ ਦਾ ਇੱਥੇ ਔਰਤਾਂ ਨੂੰ ਇਕੱਠਿਆਂ ਕਰਕੇ, ਮਰਦਾਂ ਨੂੰ ਇਕੱਠਿਆਂ ਕਰਕੇ ਅਤੇ ਅੱਜ ਇੱਥੇ ਜਿਹੜਾ ਅਸੀਂ ਉਹ ਔਰਤਾਂ ਦਾ ਜ਼ਿਆਦਾ ਵਿੱਚ ਇਕੱਠ ਕਰਕੇ ਅਤੇ ਅਸੀਂ ਅੱਜ ਇੱਥੇ ਜਿਹੜੀ ਕਮੇਟੀ ਉਹ ਬਣਾ ਦਿੱਤੀ। ਹਾਂਜੀ ਪ੍ਰਧਾਨ ਜੀ, ਅੱਜ ਜਿਹੜਾ ਪਿੰਡ ਘਰਿਆਲੇ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਕਿਹੜੇ ਕਿਹੜੇ ਮੈਂਬਰ ਬਣਾਏ ਗਏ ਨੇ ਅਤੇ ਕੀ ਵਿਸ਼ੇ ਨੂੰ ਲੈ ਕੇ ਇੱਥੇ ਮੀਟਿੰਗ ਹੋਈ ਹੈ? ਮੈਂ ਚਮਨ ਲਾਲ ਦਰਾਜਕੇ, ਦਿਹਾਤੀ ਮਜ਼ਦੂਰ ਸਭਾ ਦਾ ਜ਼ਿਲ੍ਹੇ ਦਾ ਸਕੱਤਰ ਹਾਂ। ਅੱਜ ਅਸੀਂ ਪਿੰਡ ਘਰਿਆਲੇ 'ਚ ਮਜ਼ਦੂਰ ਨੂੰ ਇਕੱਠਿਆਂ ਕੀਤਾ, ਦਿਹਾਤੀ ਮਜ਼ਦੂਰ ਸਭਾ ਦੇ ਪਲੇਟਫਾਰਮ ਮਨਰੇਗਾ ਮਜ਼ਦੂਰ ਯੂਨੀਅਨ ਵੱਲੋਂ। ਅੱਜ ਮਜ਼ਦੂਰਾਂ ਦੀਆਂ ਪੱਖ ਦੀਆਂ ਮੰਗਾਂ ਅਤੇ ਪਿੰਡ ਘਰਿਆਲੇ ਦੇ ਗਰੀਬ ਲੋਕਾਂ ਨਾਲ ਚਰਚਾ ਕੀਤੀ, ਜਿਨ੍ਹਾਂ ਦੇ ਪੰਜਾਬ ਦੇ ਹਾਕਮ ਚੋਣਾਂ ਦੇ ਵੇਲੇ ਵੋਟਾਂ ਲੈ ਕੇ ਰਾਜਗੱਦੀ 'ਤੇ ਪਹੁੰਚਦੇ ਫਿਰ ਗਰੀਬ ਲੋਕਾਂ ਦੀ ਉਹ ਸਾਰ ਨਹੀਂ ਲੈਂਦੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੇ ਦਰਮਿਆਨ ਗਰੀਬ ਲੋਕਾਂ ਨਾਲ ਬੜੇ ਵੱਡੇ ਵਾਅਦੇ ਕੀਤੇ ਆ, ਜਿਨ੍ਹਾਂ 'ਚ ਔਰਤਾਂ ਅੱਜ ਮੇਰੀਆਂ ਭੈਣਾਂ ਵੱਡੀ ਗਿਣਤੀ 'ਚ ਮੇਰੇ ਨਾਲ ਬੈਠੀਆਂ, ਜਿਨ੍ਹਾਂ ਨੂੰ ਝੂਠ ਬੋਲਿਆ ਚੋਣਾਂ ਦੇ ਦਰਮਿਆਨ ਵੀ ਵੋਟਾਂ ਪਾ ਦਿਓ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ 'ਚ ਗਠਨ ਹੋਇਆ ਅਤੇ ਭੈਣਾਂ ਦੇ ਖਾਤੇ 'ਚ ਪ੍ਰਤੀ ਮਹੀਨਾ 1000 ਪਾ ਦੇਣਾ। ਅੱਜ 2.5 ਸਾਲ ਦਾ ਸਮਾਂ ਬੀਤਿਆ, ਇੱਕ ਵੀ ਭੈਣ ਦੇ ਖਾਤੇ 'ਚ ਆਮ ਆਦਮੀ ਪਾਰਟੀ ਨੇ ਦਮੜੀ ਨਹੀਂ ਪਾਈ, ਗਰੀਬ ਲੋਕਾਂ ਨਾਲ ਜ਼ਿਆਦਤੀ ਕੀਤੀ, ਇਸ ਵਰਗ ਨਾਲ ਵੱਡਾ ਧੱਕਾ ਕੀਤਾ ਉਹਨਾਂ ਨੇ। ਅੱਜ ਲਗਾਤਾਰ ਇਹ ਕਿਹਾ ਸੀ, ਅੱਜ ਤੋਂ 2.5 ਸਾਲ ਪਹਿਲਾਂ ਨਸ਼ੇ ਦਾ ਲੱਕ ਤੋੜ ਦੇਣਾ। ਪੰਜਾਬ ਅੰਦਰ ਨਸ਼ਾ ਪਹਿਲਾਂ ਨਾਲੋਂ 4 ਗੁਣਾ ਵਧਿਆ, ਅੱਜ ਵੀ ਪੰਜਾਬ ਅੰਦਰ ਲੋਕਾਂ ਦੇ ਪੁੱਤ ਨਸ਼ੇ ਦੇ ਟੀਕੇ ਲਾ ਕੇ ਮਰ ਰਹੇ ਅਤੇ ਪੰਜਾਬ ਦੇ ਹਾਕਮਾਂ ਨੂੰ ਚਿੰਤਾ ਨਹੀਂ। ਅੱਜ ਲਗਾਤਾਰ ਰੁਜ਼ਗਾਰ ਦੇ ਵਸੀਲੇ ਮੁਕੰਮਲ ਤੌਰ 'ਤੇ ਬੰਦ ਆ, ਲੋਕਾਂ ਦੀਆਂ ਮੰਡੀਆਂ ਲੱਗਦੀਆਂ, ਚੌਂਕਾਂ 'ਚ ਲੋਕਾਂ ਦੇ ਪੁੱਤ ਵਿਕਣ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜ੍ਹੇ, ਪੰਜਾਬ ਦੇ ਹਾਕਮਾਂ ਨੂੰ ਚਿੰਤਾ ਨਹੀਂ। ਸਾਡੀ ਜਥੇਬੰਦੀ ਮੰਗ ਕਰਦੀ ਆ ਕਿ ਜਿਹੜੇ ਚੋਣਾਂ ਦੇ ਦਰਮਿਆਨ ਗਰੀਬ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਆ, ਪੰਚਾਇਤੀ ਜ਼ਮੀਨਾਂ 'ਚੋਂ ਗਰੀਬਾਂ ਨੂੰ 10-10 ਮਰਲੇ ਦੇ ਪਲਾਟਾਂ ਦੀ ਅਲਾਟਮੈਂਟ ਕਰਕੇ ਦਿਓ, ਉਹਦੇ 'ਤੇ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਘੱਟੋ ਘੱਟ 5 ਲੱਖ ਦੀ ਗ੍ਰਾਂਟ ਦਿਓ, ਪੰਜਾਬ ਅੰਦਰ ਨਸ਼ੇ ਦਾ ਲੱਕ ਤੋੜੋ, ਕਿਉਂਕਿ ਨੌਜਵਾਨ ਜਿਹੜੇ ਬਰਬਾਦ ਹੋ ਰਹੇ ਆ। ਪੰਜਾਬ ਦੇ ਹਾਕਮਾਂ ਨੂੰ ਚਿੰਤਾ ਨਹੀਂ, ਅੱਜ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਰੁਜ਼ਗਾਰ ਮੰਗਦੇ ਲੋਕਾਂ ਨੂੰ ਡਾਂਗਾਂ ਭਰਾਈਆਂ ਜਾ ਰਹੀਆਂ। ਇਹਨਾਂ ਮੰਗਾਂ ਦੀ ਪੂਰਤੀ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ RMPI ਵੱਲੋਂ ਸਾਰੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਜ਼ੀਰਾਂ ਦੇ ਘਰਾਂ ਦੇ ਮੂਹਰੇ ਵੱਡੇ ਇਕੱਠ ਕੀਤੇ ਜਾ ਰਹੇ, ਅਤੇ ਅੱਜ ਅਸੀਂ ਜਿਹੜਾ ਘਰਿਆਲੇ 'ਚ ਇਕੱਠ ਕਰਕੇ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਕਿ 13 ਤਰੀਕ ਨੂੰ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੇ ਘਰ ਗਏ, ਹਜ਼ਾਰਾਂ ਮਜ਼ਦੂਰ, ਕਿਸਾਨ, ਨੌਜਵਾਨ, ਛੋਟੇ ਦੁਕਾਨਦਾਰ, ਰੇਹੜੀ ਫੜੀ ਵਾਲੇ ਆਪਦੇ ਕਾਰੋਬਾਰਾਂ ਨੂੰ ਛੱਡ ਕੇ ਮੰਤਰੀ ਦੇ ਘਰ ਦੇ ਮੂਹਰੇ ਵੱਡਾ ਇਕੱਠ ਕਰਨਗੇ, ਅਤੇ ਜਿਹੜੇ ਵਾਅਦੇ ਚੋਣਾਂ ਦੇ ਦਰਮਿਆਨ ਗਰੀਬ ਲੋਕਾਂ ਨਾਲ ਕੀਤੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਮਨਾਉਣ ਤੱਕ ਜੰਗ ਲੜੀ ਜਾਊਗੀ। ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਕਮੇਟੀ ਦਾ ਵੀ ਕੋਈ ਗਠਨ ਹੋਇਆ ਜੀ? ਇੱਥੇ ਅੱਜ ਇੱਥੇ ਅਸੀਂ ਦਿਹਾਤੀ ਮਜ਼ਦੂਰ ਸਭਾ ਦੀ ਕਮੇਟੀ ਦਾ ਗਠਨ ਕੀਤਾ, ਉਹਦੇ ਪ੍ਰਧਾਨ ਬਣਾਇਆ, ਨੌਜਵਾਨ ਸਾਡੇ ਮੇਰੇ ਨਾਲ ਬੈਠਾ ਡੈਨੀਅਲ ਮੁੰਡਾ, ਉਹ ਸਾਡੀ ਜਥੇਬੰਦੀ ਦਾ ਪ੍ਰਧਾਨ, ਨਾਲ ਮੇਰੀ ਭੈਣ ਨਿੰਦਰ ਕੌਰ ਬੈਠੀ ਆ। ਇਹ ਔਰਤਾਂ ਦੀ ਜਿਹੜਾ ਗਰੁੱਪ ਬਣਾਇਆ ਅਸੀਂ, ਮਨਰੇਗਾ ਮਜ਼ਦੂਰ ਯੂਨੀਅਨ ਬਣਾਈ ਆ, ਉਹਦੀ ਪ੍ਰਧਾਨ ਹੋਊਗੀ। ਉਹਦੇ ਨਾਲ ਅਸੀਂ 15 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਹੜੀਆਂ ਭੈਣਾਂ ਦਾ ਗਰੁੱਪ ਵੱਡਾ ਇੱਥੇ ਗਠਨ ਹੋਇਆ ਅੱਜ,
ਉਹ ਲਗਾਤਾਰ ਮਨਰੇਗਾ ਸਕੀਮ ਤਹਿਤ ਜਿਹੜੀ ਕੰਮ ਦੀ ਮਜ਼ਦੂਰਾਂ ਤੋਂ ਔਰਤਾਂ ਤੋਂ ਕੰਮ ਕਰਾ ਕੇ ਪਿੰਡਾਂ ਦੇ ਚੌਧਰੀ ਉਹਨਾਂ ਦੇ ਪੈਸੇ ਡਕਾਰ ਜਾਂਦੇ ਆ, ਉਹਨਾਂ ਨੂੰ ਬ੍ਰੇਕ ਲੱਗੇ ਅਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਕੰਮ ਲੈਣ ਤੱਕ ਲੜਿਆ ਜਾਊਗਾ। ਧੰਨਵਾਦ।